ਸਤਿ ਸ਼੍ਰੀ ਅਕਾਲ ਜੀ। ਇਹ ਬੇਨਤੀ ਹੈ ਮੇਰੀ ਸੰਗਤ ਨੂੰ ਵੀ ਘੰਟੇ ਦੇ ਵਿੱਚ ਵਿੱਚ ਨਾ ਇਹਨੂੰ ਉਹ ਬੰਦਿਆਂ ਕੋਲ ਪਹੁੰਚਾਓ ਲਾਈਵ ਨੂੰ, ਕਿਉਂਕਿ ਮੇਰੇ ਕੋਲ ਇਹਨਾਂ ਦਾ ਨੰਬਰ ਹੈ ਨਹੀਂ ਗਾ। ਅਤੇ ਜਿਹੜੇ ਸੰਤਾਂ ਨੂੰ ਬੁਰਾ ਭਰਾ ਬੋਲਣ ਦਾ ਸ਼ੌਂਕ ਰੱਖਦੇ ਆ ਜਿਹੜੇ, ਉਹਨਾਂ ਤੱਕ ਪਹੁੰਚਾ ਦਿਓ। ਅਤੇ ਮੈਂ ਖੜਾ ਇਸ ਵੇਲੇ, ਮੈਂ ਦਿਖਾ ਦਿਆਂ ਸਾਹਮਣੇ ਇਹ ਆਪਦੀ ਲੋਕੇਸ਼ਨ, ਉਹ ਸਾਹਮਣੇ ਹੋਮਲੈਂਡ ਹੈ ਅਤੇ ਆਹ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ। ਠੀਕ ਹੈ, ਸਾਹਮਣੇ ਹੋਮਲੈਂਡ ਹੈ ਅਤੇ ਆਹ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ। ਅਤੇ ਜਿਹੜੇ ਜਿਹੜੇ ਬੰਦੇ 'ਚ ਦਮ ਹੈਗਾ, ਆ ਜਿਹੜੇ ਸ਼ਿਵ ਸੈਨਿਕ ਜੇ ਵਿੱਚ ਸੰਤਾਂ ਨੂੰ ਬੁਰਾ ਭਰਾ ਬੋਲਦੇ ਆ, ਆ ਤੁਹਾਨੂੰ ਜਗ੍ਹਾ ਦੱਸਦੀ ਹੈ, ਆ ਜਾਓ ਕੱਢ ਕੇ ਕੱਟੀ ਕੱਟਾ ਯੱਬ ਨੂੰ ਮਿੜ ਗਿਆ ਜੋ, ਆ ਜਾਓ ਜੇ ਮਾਂ ਦਾ ਦੁੱਧ ਪੀਤਾ ਤਾਂ ਜਿੱਥੇ ਮਰਜ਼ੀ ਫਿਰ ਨਿਮਿੜ ਗਿਆ ਅੱਜ ਕੰਮ ਆਪਾਂ। ਕਰੋ ਇਹਨੂੰ ਬਾਈ ਪਹੁੰਚਾਓ ਇਹਨਾਂ ਤੱਕ, ਜਿਹੜੇ ਬੰਦੇ ਕੋਈ ਵੇਖਦੇ ਆ ਇਹ, ਆ ਜਿਹੜੇ ਸ਼ਿਵ ਸੈਨੀ ਹੈ ਜੇ ਜਿਹੜੇ ਬੋਲਦੇ ਇਹਨਾਂ ਤੱਕ ਪਹੁੰਚਾਓ। ਆ ਮੈਂ ਆਪਦੀ ਲੋਕੇਸ਼ਨ ਦੱਸ ਕੇ ਖੜਾ, ਠੀਕ ਹੈ ਤੁਹਾਨੂੰ, ਅਤੇ ਮੈਂ ਇੱਥੇ ਹੀ ਹਾਂ। ਤੁਹਾਨੂੰ 10 ਘੰਟੇ ਦਿੱਤੇ, ਆ ਜਿਹੜਾ ਇੱਕ ਮੈਨੂੰ ਲੱਗਦਾ ਇੱਥੇ ਕੋਈ ਖਰੜ ਖਰੁੜ ਦਾ ਵੀ ਹੈਗਾ, ਆ ਜਮਾਂ ਉਹਦੇ ਮੈਨੂੰ ਪਤਾ ਨਹੀਂ ਵੀ ਉਹ ਹੈ ਕਿੱਥੋਂ ਦਾ ਨਹੀਂ, ਉਹਦੇ ਜਾ ਕੇ ਜਮਾਂ ਸਿਰ 'ਚ ਹੀ ਆਪਾਂ ਖੜ ਜਾਣਾ ਸੀਗਾ ਸਿਰ 'ਤੇ ਹੀ। ਠੀਕ ਹੈ, ਅਤੇ ਕੋਈ ਹੋਰ ਵੀ ਬੰਦੇ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਬੋਲਣ ਵਾਲੇ ਹੈਗੇ, ਇਹਨਾਂ ਨੂੰ ਖੁੱਲ੍ਹਾ ਟਾਈਮ ਦੇ ਤਾ ਅੱਜ। ਆ ਖੜਾ ਇੱਥੇ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੈ, ਤੁਹਾਨੂੰ 10 ਘੰਟੇ ਦਿੱਤੇ, ਆ ਜਾਓ ਇੱਥੇ ਜੇ ਮਾਂ ਦਾ ਦੁੱਧ ਪੀਤਾ ਨੂੰ, ਕਿਉਂਕਿ ਤੁਹਾਡੀ ਹੋਰ ਬਾਹਲੀ ਕੁੱਤੇ ਖਾਣੀ ਤਾਂ ਨਹੀਂ ਇੱਥੇ ਮੈਂ ਕਰ ਸਕਦਾ। ਗੁਰੂ ਘਰ ਦੇ ਜਮਾਂ ਮੈਂ ਕੰਧ ਦੇ ਨਾਲ ਗੱਡੀ ਲਾਈ ਹੋਈ ਹੈ ਜਿੱਥੇ ਮੈਂ ਖੜਾ ਗੱਲ ਕਰਦਾ, ਪਰ ਤੁਹਾਨੂੰ ਇਹ ਗੱਲ ਜ਼ਰੂਰ ਕਹਿ ਦਿਆਂ ਵੀ ਤੁਸੀਂ ਆ ਜਾਓ। ਅਤੇ ਜਾਂ ਤੁਸੀਂ ਜੇ ਇੰਨਾ ਦਮ ਰੱਖਦੇ ਹਾਂ ਫਿਰ ਜਾਂ ਤੁਸੀਂ ਕਹੋ, ਫਿਰ ਤੁਹਾਨੂੰ ਅਸੀਂ ਦੱਸੀਏ ਹਿਸਾਬ ਕਿਤਾਬ। ਆ ਜਾਓ ਪੂਰੇ 10 ਘੰਟੇ ਤੁਹਾਡੇ ਕੋਲ, 10 ਘੰਟਿਆਂ ਦੇ ਵਿੱਚ ਇੱਥੇ ਆ ਜਾਓ ਜਿੱਥੇ ਜੇ ਤੁਸੀਂ ਆਪਦੀ ਮਾਂ ਦਾ ਦੁੱਧ ਪੀਤਾ ਤਾਂ ਆ ਜਾਓ, ਯੱਬ ਨੂੰ ਮਿੜ ਗਿਆ ਜੋ। ਅਤੇ ਚੈਨਲਾਂ ਚੂਨਲਾਂ ਜਾਂ ਬੈਠ ਕੇ ਜਿਹੜੀ ਬਕਵਾਸ ਕਰਨੀ ਹੁੰਦੀ ਆ ਉਹ ਤਾਂ ਤੁਸੀਂ ਬਹੁਤ ਕਰ ਲਈ ਹੁਣ ਤੱਕ, ਅਤੇ ਉਹੋ ਜਿਹੇ ਬੰਦੇ ਉਹ ਹੈ ਜਿਹੜੇ ਪੱਗਾਂ 'ਚ ਪਸਾ ਕੇ ਸਿਰ ਅਤੇ ਲਿਜਾ ਕੇ ਮੈਕ ਇਹਨਾਂ ਮੂਹਰੇ ਕਰ ਦਿੰਦੇ ਆ। ਲਾਹਣਤ ਆਈ ਹੈ ਉਹਨਾਂ ਬੰਦਿਆਂ ਦੇ ਵੀ, ਇਹ ਬੰਦੇ ਇਹਨਾਂ ਦੀ ਕੀ ਜ਼ਰੂਰਤ ਹੈ ਵੀ ਇਹ ਸਾਹ ਵੀ ਕੱਢ ਜਾਣ, ਇਹ ਗਾਲਾਂ ਕੱਢਦੇ ਨਹੀਂ, ਆ ਜਿਹੜੇ ਪੱਗਾਂ 'ਚ ਸਿਰ ਪਸਾਈ ਬੈਠੇ ਇਹ ਉਲਟਿਆ ਜਾ ਕੇ ਗਾਲਾਂ ਕਢਾਉਂਦੇ ਆ, ਇਹ ਬਰਾਬਰ ਦੇ ਦੋਸ਼ੀ ਹੈ। ਅਤੇ ਹੁਣ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਦੱਸ ਦਈਏ, ਆ ਜਿਹੜੇ ਪੱਗਾਂ 'ਚ ਸਿਰ ਪਸਾ ਕੇ ਗਏ ਨਾ ਇਹਨਾਂ ਕੋਲ ਅਤੇ ਸੰਤਾਂ ਨੂੰ ਉਹ ਗਾਲਾਂ ਕੱਢ ਬੈਠੇ ਆ, ਫਿਰ ਇਹਨਾਂ ਦਾ ਹਿਸਾਬ ਕਿਤਾਬ ਵੀ ਫਿਰ ਉਵੇਂ ਹੀ ਹੋਊਗਾ ਜਿਵੇਂ ਫਿਰ ਉਹਨਾਂ ਦਾ ਹੋਊਗਾ। ਇਹਨਾਂ ਨੂੰ ਵੀ ਚੈਨਲਾਂ ਤੋਂ ਦਵਾਉਣੇ ਆ ਵਿਊ। ਫਿਰ ਹੁਣ ਜਿਹੜਾ ਬੰਦਾ ਜਾਵੇ ਆਪਦਾ ਉਹਨਾਂ ਦੀ ਇੰਟਰਵਿਊ ਕਰਨ ਨਾ, ਫਿਰ ਸੋਚ ਸਮਝ ਕੇ ਹੀ ਜਾਵੇ। ਜੇ ਜੇ ਕਿਸੇ ਦੇ ਮੈਕ 'ਚ ਗਾਲਾਂ ਕੱਢਤੀਆਂ ਨਾ ਉਹਨਾਂ ਨੇ, ਅਤੇ ਉਹਨਾਂ ਨਾਲੋਂ ਵੱਧ ਜ਼ਿੰਮੇਵਾਰ ਉਹ ਬੰਦੇ ਹੋਣਗੇ ਜਿਹੜੇ ਜਿਹੜੇ ਆਹ ਮੈਕ ਲੈ ਕੇ ਖੜਨਗੇ ਇਹਨਾਂ ਕੋਲ ਹੁਣ, ਅਤੇ ਉਹ ਵੀ ਆਪਦਾ ਹੁਣ ਸੋਚ ਵਿਚਾਰ ਕੇ ਹੀ ਜਾਣ। ਇਹਨਾਂ ਨੂੰ ਆਹ ਇੱਥੇ ਆਉਂਦੇ ਆ ਗੰਜੇ ਫੰਜੇ ਜੇ ਇੰਟਰਵਿਊਆਂ ਕਰਨ ਨੂੰ, ਤੁਹਾਨੂੰ ਹੋਰ ਕੋਈ ਬੰਦਾ ਨਹੀਂ ਮਿਲਦਾ, ਇੰਟਰਵਿਊ ਕਰ ਲਓ ਕਿਸੇ ਹੋਰ ਪੜ੍ਹੇ ਲਿਖੇ ਕਾਮਯਾਬ ਬੰਦੇ ਦੀ ਇੰਟਰਵਿਊ ਕਰ ਲਓ, ਸਾਲੇ ਉਹ ਚੱਕ ਦਿਓ ਮੈਕ ਪਸਾ ਕੇ ਪੱਗ 'ਚ ਸਿਰ 'ਤੇ ਜਾ ਕੇ ਉਹ ਪ੍ਰਾਹੁਣਿਆਂ ਮੂਹਰੇ ਆਪਦੇ ਮੂਹਰੇ ਖੜ ਜਾਂਦੇ ਆ ਲੈ ਕੇ ਮੈਕ। ਧੀੜਾਂ ਨੇ ਸੜਾ ਕਿੰਨਾ ਦੁਖੀ ਕੀਤਾ ਇਹਨਾਂ ਨੇ ਸਾਰਿਆਂ ਨੇ। ਆ ਜਾਓ ਹੁਣ ਤੁਹਾਨੂੰ ਖੁੱਲ੍ਹਾ ਟਾਈਮ ਦਿੱਤਾ ਹੈ, 10 ਘੰਟੇ ਇੱਥੇ ਹੈ ਜਿਹਦੇ 'ਚ ਤੁਹਾਡੇ 'ਚ ਜ਼ਰੂਰਤ ਪੈਂਦੀ ਹੈ, ਆ ਜਾਓ। ਮੈਂ ਬਾਈ ਹੈਗਾ ਇਸ ਟਾਈਮ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਕੋਲੇ ਆ ਮੋਹਾਲੀ, ਇੱਥੇ ਹੈ ਅਤੇ 10 ਘੰਟੇ ਇੱਥੇ ਹੈ। ਇਹਨਾਂ ਨੇ ਜਿੰਨੇ ਬੰਦੇ ਜਿਨ੍ਹਾਂ ਨੂੰ ਖੁਰਕ ਵਾਲੀ ਲੜਦੀ ਹੈ, ਜਿਹਨੂੰ ਐਂ ਲੱਗਦਾ ਵੀ ਮੈਂ ਸੰਤਾਂ ਨੂੰ ਗਾਲ ਕੱਢ ਸਕਦਾ ਜਿਹੜਾ ਦਮ ਰੱਖਦਾ ਆ ਜੇ ਇੱਥੇ, ਖੁੱਲ੍ਹਾ ਟਾਈਮ ਹੁੰਦਾ 10 ਘੰਟੇ ਬਹੁਤ ਹੁੰਦੇ ਆ ਅਤੇ ਖੁੱਲ੍ਹਾ ਹੀ ਚੈਲੰਜ ਹੈ। ਆ ਜਾਓ।
ਸੁਹਾਣਾ ਸਾਹਿਬ ਕੋਈ ਨਹੀਂ ਭੁੱਲਿਆ, ਸਭ ਨੂੰ ਪਤਾ ਹੋਮਲੈਂਡ ਕਿੱਥੇ ਹੈ, ਸੁਹਾਣਾ ਸਾਹਿਬ ਕਿੱਥੇ ਹੈ। ਤੇ ਆ ਸਾਹਮਣੇ ਇੱਕ ਵਾਰੀ ਫੇਰ ਉਹ ਸਾਹਮਣੇ ਹੋਮਲੈਂਡ ਤੇ ਆ ਸੁਹਾਣਾ ਸਾਹਿਬ ਗੁਰਦੁਆਰਾ ਸਾਹਿਬ। ਤੇ ਜਿਹੜੇ ਆ ਚੈੱਕ ਚੁੱਕ ਜੇ ਭੇਜਦੇ ਸੀਗੇ, ਮੈਨੂੰ ਲੱਗਦਾ ਨੇੜੇ ਤੇੜੇ ਦੇ ਇੱਥੇ, ਕਿਉਂਕਿ ਬਾਹਲਾ ਮੈਂ ਇਹਨਾਂ ਨੂੰ ਜਾਣਦਾ ਨਹੀਂ ਤੇ ਨਾ ਸਾਲੀਆਂ ਇਹੋ ਜਿਹੀਆਂ ਕਤੀੜਾਂ ਨੂੰ ਜਾਣਨ ਦੀ ਲੋੜ ਹੈ, ਜਿਹੜੇ ਚੈੱਕ ਚੁੱਕ ਜੇ ਭੇਜਦੇ ਸੀ ਉਹਨਾਂ ਦੇ ਵੀ ਮੈਨੂੰ ਲੱਗਦਾ ਇਹ ਨੇੜੇ ਤੇੜੇ ਪੈਂਦੀ ਹੈ ਪੁਲਿਸ ਆ ਜਾਣੂ ਵੀ ਆ ਜਾਣਾ। ਜਿਹੜੇ ਕਹਿੰਦੇ ਆ ਵੀ ਅਸੀਂ ਐਂ ਕਰ ਦਾਂਗੇ, ਅਸੀਂ ਜੌਂ ਕਰ ਦਾਂਗੇ, ਫਲਾਨਾ ਕਰਾਂਗੇ, ਧਮਕਾ ਕਰਾਂਗੇ, ਆ ਜਾਓ ਯਾਰ, ਖੁੱਲ੍ਹਾ ਟਾਈਮ ਦਿੱਤਾ ਤੁਹਾਨੂੰ। ਦੁੱਕੀ ਦੁੱਕੀ ਦੇ ਬੰਦੇ ਤੁਸੀਂ ਸਾਲੇ ਉੱਠ ਕੇ, ਤੁਹਾਨੂੰ ਬਾਬਾ ਬਖਸ਼ੀਸ਼ ਜੀ ਨੇ ਜਮਾਂ ਸਹੀ ਗੱਲ ਦੱਸੀ ਸੀ ਵੀ ਤੁਸੀਂ ਇੱਕ ਕਿੱਲਾ ਗੱਡ ਲਓ, ਆਸੇ ਪਾਸੇ ਚੱਪਲਾਂ 'ਤੇ ਖਿਲਾਰ ਲਓ ਉਹਦੇ, ਅਤੇ ਬਾਂਦਰ ਕਿੱਲਾ ਖੇਡੀ ਜਾਇਆ ਕਰੋ, ਤੁਹਾਡੀ ਔਕਾਤ ਹੈ ਇੰਨੀ ਕੀ ਹੈ। ਤੁਹਾਨੂੰ ਜਮਾਂ ਸਹੀ ਆਖੀ ਸੀ ਬਾਬਾ ਬਖਸ਼ੀਸ਼ ਜੀ ਨੇ ਗੱਲ, ਅਤੇ ਬਾਬਾ ਜੀ ਨੇ ਵੀ ਤੁਹਾਨੂੰ ਇਹ ਗੱਲ ਆਖੀ ਹੈ ਵੀ ਦੱਸੋ ਆਉਣਾ ਕਿੱਥੇ, ਵੀ ਅੰਮ੍ਰਿਤਪਾਲ ਨਾਲ ਤਾਂ ਤੁਸੀਂ ਕਹਿੰਦੇ ਅੰਮ੍ਰਿਤਪਾਲ ਦੇ ਗੋਲੀਆਂ ਮਾਰ ਦਿਆਂਗੇ ਅਸੀਂ, ਅੰਮ੍ਰਿਤਪਾਲ ਨਾਲ ਤਾਂ ਤੁਸੀਂ ਬਾਅਦ 'ਚ ਵੇਖ ਲਿਓ ਕੀ ਹਿਸਾਬ ਕਿਤਾਬ ਹੈ, ਤੁਸੀਂ ਸਾਨੂੰ ਦੱਸੋ ਯਾਰ, ਅਸੀਂ ਤਾਂ ਖੜੇ ਹਾਂ ਆਏ ਹੁਣ, ਆ ਜਾਓ। ਆ ਤੁਸੀਂ ਲੱਛਣ ਕੀ ਫੜਿਆ, ਕਤੀੜਾ ਨੇ ਜਾਂ ਬੈਠ ਕੇ, ਜੇ ਜੇ ਕਿਤੇ ਹੈ ਨਹੀਂ ਕੁਛ ਤੁਹਾਡੇ, ਫਿਰ ਬੈਠ ਕੇ ਬਕਵਾਸ ਨਾ ਕਰਿਆ ਕਰੋ ਵੀ ਅਸੀਂ ਐਂ ਕਰ ਦਾਂਗੇ ਜਿਉਂ ਕਰ ਦਾਂਗੇ, ਇੱਥੇ ਬੈਠਿਆ ਤਾਂ ਕੁਛ ਨਹੀਂ ਹੋਣਾ ਜਿੱਥੇ ਬੈਠ ਕੇ ਬਕਵਾਸ ਕਰਦੇ ਆ, ਮੈਦਾਨ 'ਚ ਹੀ ਉਤਰਨਾ ਪੈਂਦਾ ਹੁੰਦਾ ਨਾ, ਕੁਛ ਵੀ ਕਰਨਾ ਹੋਵੇ ਫਿਰ ਆਉਣਾ ਤਾਂ ਮੈਦਾਨ 'ਚ ਪੈਂਦਾ ਹੁੰਦਾ, ਫਿਰ ਮੈਂ ਤਾਂ ਆਇਆ ਖੜਾ ਅਤੇ 10 ਘੰਟੇ ਤੁਹਾਨੂੰ ਦਿੱਤੇ ਆ ਜਾਓ, 10 ਘੰਟੇ ਬਹੁਤ ਹੁੰਦੇ ਆ ਜੇ ਤੁਹਾਡੇ ਕਿਸੇ ਪਾਸੇ ਕੋਈ ਸਾਲੀ ਹੋਈ ਤਾਂ ਗੱਲਬਾਤ। ਤੁਹਾਨੂੰ ਇਕੱਲੇ ਇਕੱਲੇ ਨੂੰ ਜੇ ਤੁਹਾਡੇ ਮਾਰ ਮਾਰ ਸਿਰ 'ਚ ਜੁੱਤੀਆਂ, ਜੇ ਇੱਥੋਂ ਉਹ ਟਪਾ ਕੇ ਨੜਾਉਂਦੀ ਮੋਹਾਲੀ ਤਾਂ ਫਿਰ ਤੁਸੀਂ ਸਮਝ ਲਓ ਵੀ ਊਂ ਹੀ ਸੀਗੇ, ਜੇ ਇੱਥੋਂ ਮਾਰਦੇ ਮਾਰਦੇ ਜੁੱਤੀਆਂ ਤੁਹਾਨੂੰ 2-2 ਕਿਲੋਮੀਟਰ ਤੱਕ ਨਾ ਨਾ ਲੈ ਕੇ ਗਏ ਅਸੀਂ, ਮਾਰਨੇ ਥੋੜ੍ਹੇ ਚਪੇੜੇ ਹੀ ਆ, ਜੁੱਤੀਆਂ ਹੀ ਮਾਰਨੀਆਂ ਤੁਹਾਡੇ, ਹੋਰ ਕੁਛ ਨਹੀਂ ਕਰਨਾ ਤੁਹਾਡੇ ਨਾਲ, ਕੋਈ ਹਥਿਆਰ ਨਹੀਂ ਚੱਕੀ ਫਿਰਦੇ ਅਸੀਂ, ਕੁਛ ਨਹੀਂ, ਬਸ ਤੁਹਾਨੂੰ ਜੁੱਤੀਆਂ ਨਾਲ ਹੀ ਕੁੱਟਣਾ, ਕਿਉਂਕਿ ਤੁਹਾਨੂੰ ਤੁਹਾਨੂੰ ਕੁੱਟਣ ਦਾ ਸਵਾਦ ਹੀ ਸਾਲਾ ਜੁੱਤੀਆਂ ਨਾਲ ਆਉਣਾ, ਥੋੜ੍ਹੇ ਜਿਹਾ ਗੰਜੇ ਜੇ ਜਿਹੜੇ ਸੈਰ ਸੁਰ ਜਿਹੜੇ ਆ ਗੁੱਟਾਂ 'ਤੇ ਖੰਭਣੀਆਂ ਖੁੰਭਣੀਆਂ ਜਿਹੀਆਂ ਜਿਹੜੀਆਂ ਤੁਸੀਂ ਬੰਨੀ ਫਿਰਦੇ ਹੁੰਦੇ ਨਾ, ਇਹ ਤੁਹਾਡੇ ਭੈਣ 'ਚੋਂ ਨਾ ਤੁਹਾਡੇ ਇਕੱਲੀਆਂ ਜੁੱਤੀਆਂ ਮਾਰਨੀਆਂ ਸਿਰ 'ਚ, ਆ ਜਾਓ ਇੱਥੇ ਜੀ ਆਪਦੇ ਪਿਓ ਦੇ ਆ ਤਾਂ ਜਿਹਦੇ 'ਚ ਦਮ ਆ, ਜਿਹੜਾ ਕਿਹੜਾ ਉੱਠਦਾ ਕਤੀੜ, ਉਹ ਇੱਕ ਭੈਣ ਦਾ ਯਾਰ ਕਹਿੰਦਾ ਸੀ, ਪਿੰਡਰੂ ਕਹਿੰਦਾ ਸੀ ਜਿਹੜਾ, ਉਹ ਤੇਰਾ ਨਾਂ ਤਾਂ ਨਹੀਂ ਪਤਾ ਦੱਲਿਆ, ਤੈਨੂੰ ਤਾਂ ਪਤਾ ਹੋਣਾ ਵੀ ਤੇਰਾ, ਤੈਨੂੰ ਕਹਿਣਾ ਮੈਂ, ਤੂੰ ਕਹਿੰਦਾ ਸੀ ਸੰਤਾਂ ਬਾਰੇ, ਪਿੰਡਰੂ ਕਹਿੰਦਾ ਸੀ ਜਿਹੜਾ, ਖਾਸ ਕਰਕੇ ਤੇਰੇ ਵਾਸਤੇ ਦੱਲਿਆ ਲਾਈਵ ਬੈਠਾ ਤੇ ਆ ਮੈਂ ਖੜਾ ਵੀ ਇੱਥੇ ਹਾਂ ਤੇਰੇ ਵਾਸਤੇ, ਹਾਂ ਹਰਾਮੀਆਂ ਇੱਥੇ ਤੂੰ ਕਹਿੰਦਾ ਸੀ, ਪਿੰਡਰੂ ਕਹਿੰਦਾ ਸੀ ਨਾ ਤੂੰ ਦੱਲਿਆ ਆ ਇੱਥੇ ਆ ਖੜਾ ਮੈਂ ਸੋਹਣਾ ਸਾਹਿਬ, ਤੂੰ ਹੈ ਇੱਥੇ ਨੇੜੇ ਤੇੜੇ ਦਾ ਹੀ ਹੈ ਕਿਤੇ, ਮੈਨੂੰ ਲੱਗਦਾ ਮੈਂ ਆ ਤੈਨੂੰ 10 ਘੰਟੇ ਦਿੱਤੇ, 10 ਘੰਟਿਆਂ 'ਚ ਇੱਥੇ ਪਹੁੰਚ ਜਾ ਜੇ ਪਿਓ ਦਾ, ਤਾਂ ਤੈਨੂੰ ਦੱਸਗੇ ਫਿਰ ਹਿਸਾਬ ਕਿਤਾਬ ਕਿਵੇਂ ਹੁੰਦਾ। ਦੁੱਕੀ ਤਿੱਕੀ ਉੱਠਦੀ ਹੈ, ਉੱਠ ਕੇ ਸੰਤਾਂ ਨੂੰ ਗਾਲਾਂ ਕੱਢਣ ਲੱਗ ਜਾਂਦੇ ਆ, ਹਮ ਐਸੇ ਨਹੀਂ ਕਰਨੇ ਦੇਂਗੇ, ਹਮ ਵੈਸੇ ਨਹੀਂ ਕਰਨੇ ਦੇਂਗੇ, ਸਾਲੇ ਉਹ ਤੁਹਾਡੇ ਤੋਂ ਪੁੱਛ ਕੇ ਅਸੀਂ ਉਹ ਕਰਨਾ, ਸਾਡੀ ਮਰਜ਼ੀ ਸਾਡੇ ਗੁਰੂ ਘਰ, ਅਸੀਂ ਜਿਹਦੀ ਮਰਜ਼ੀ ਫੋਟੋ ਲਾਵਾਂਗੇ, ਜਿਹਦਾ ਮਰਜ਼ੀ ਅਸੀਂ ਸਤਿਕਾਰ ਕਰਾਂਗੇ, ਅਸੀਂ ਆਪਦੇ 10 ਗੁਰੂਆਂ ਦੀਆਂ ਫੋਟੋ ਵੀ ਲਾਵਾਂਗੇ, ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣਾ ਦੀਆਂ ਫੋਟੋ ਵੀ ਲਾਵਾਂਗੇ, ਠੀਕ ਹੈ, ਅਸੀਂ ਸਾਰਾ ਕੁਛ ਕਰਾਂਗੇ ਯਾਰ, ਤੁਹਾਡੇ 'ਚ ਦਾਮਾ ਤਾਂ ਰੋਕ ਲਓ। ਅਸੀਂ ਤੁਹਾਨੂੰ ਪੁੱਛ ਪੁੱਛ ਕੇ ਲਾਵਾਂਗੇ ਫੋਟੋਆਂ, ਹਮ ਜੀ ਇਹ 10 ਗੁਰੂਆਂ ਦੀਆਂ ਫੋਟੋਆਂ ਤਾਂ ਲਾਉਣ, ਸੰਤਾਂ ਦੀ ਫੋਟੋ ਨਾ ਲਾਉਣ, ਸੰਤਾਂ ਤੋਂ ਤੁਹਾਨੂੰ ਸਾਲਿਓ ਡਰ ਲੱਗਦਾ ਹੈ ਨਾ, ਤੇ ਲੱਗਣਾ ਵੀ ਚਾਹੀਦਾ, ਲੱਗਣਾ ਵੀ ਚਾਹੀਦਾ। ਤੁਹਾਨੂੰ ਕਿਹਾ ਸੀਗਾ ਵੀ ਬੰਦੇ ਬਣ ਜਾਓ ਬੰਦੇ, ਤੁਹਾਨੂੰ ਹਜੇ ਵੀ ਤੁਹਾਨੂੰ ਜੇ ਤੁਹਾਡੇ 'ਚ ਹੈਗਾ ਕੁਛ ਤਾਂ ਆ ਜਾਓ ਫਿਰ।
ਮੈਂ ਤੁਹਾਡੀ ਇੱਥੇ ਨਾ ਉਹ ਬਾਹਲੀ ਇੱਥੇ ਕਿਉਂਕਿ ਮੈਂ ਖੜਾ ਉਹੋ ਜਿਹੀ ਥਾਂ ਮੈਂ ਤੁਹਾਡੀ ਬਾਹਲੀ ਧੀ ਭੈਣ ਇੱਕ ਤਾਂ ਨਹੀਂ ਕਰ ਸਕਦਾ ਮੇਰਾ ਜੀ ਤਾਂ ਇਹ ਕਰੀ ਜਾਂਦਾ ਹੋਣਾ ਕਿ ਵੀ ਤੁਹਾਡੀ ਹੋਰ ਤਸੱਲੀ ਕਰਾਵਾਂ ਸਵਾਰ ਕੇ ਤੁਹਾਨੂੰ ਤੁਹਾਡੀ ਭਾਸ਼ਾ 'ਚ ਸਮਝਾਵਾਂ ਵੀ ਉਹ ਵੀ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ ਨਾਲੇ ਪਰ ਇਹਨਾਂ ਗੱਲਾਂ ਨਾਲ ਤਾਂ ਕੋਈ ਨਿਬੜਨਾ ਨਹੀਂ ਗਾ ਨਿਬੜਨਾ ਤਾਂ ਆ ਕੇ ਸਾਰਾ ਗਰਾਊਂਡ 'ਤੇ ਹੈ ਅਤੇ ਗਰਾਊਂਡ 'ਤੇ ਮੈਂ ਤਾਂ ਖੜਾ ਆਇਆ ਹੁਣ ਆਹ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ ਠੀਕ ਹੈ ਮੈਂ ਉਹਦਾ ਨੰਬਰ ਮੇਰਾ ਸਾਰਿਆਂ ਕੋਲ ਹੈਗਾ ਆ ਮੇਰੇ ਪੇਜ 'ਤੇ ਪਿਆ ਚੱਕ ਲਿਓ ਫੋਨ ਕਰ ਲਿਓ ਇੱਥੇ ਹੀ ਹੈ ਕਿਤੇ ਨਹੀਂ ਜਾਂਦਾ ਅੱਜ 10 ਘੰਟੇ ਇੱਥੇ ਹੈ ਭੈਣ ਚੋ ਦੁੱਕੀ ਤਿੱਕੀ ਜੀ ਉੱਠਦੀ ਹੈ ਉੱਠ ਕੇ ਬਕਵਾਸ ਕਰਨ ਲੱਗ ਜਾਂਦੀ ਹੈ ਹਮ ਐਸੇ ਕਰੇਂਗੇ ਹਮ ਆ ਗੰਜੇ ਫੰਜੇ ਜੇ ਅਤੇ ਹੋਰ ਜਿਹੜੇ ਭੈਣ ਚੁੱਕੇ ਬੰਦਿਆਂ 'ਚ ਉਹ ਇੱਕ ਮਕੇਰੀਆਂ ਦਾ ਕਹੀ ਜਾਂਦਾ ਕਹਿੰਦਾ ਮੈਂ ਗੋਲੀ ਮਾਰਨੀ ਹੈ ਕਹਿੰਦਾ ਮੈਂ ਬਦਲਾ ਲੈਣਾ ਕਹਿੰਦਾ ਉਹਦੇ ਮਾਰ ਕੇ ਗੋਲੀ ਆ ਭਾਈ ਅੰਮ੍ਰਿਤਪਾਲ ਸਿੰਘ 'ਤੇ ਪਹਿਲੀ ਤਾਂ ਗੱਲ ਇਹ ਆ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਕੀ ਕੀਤਾ ਜਿਹੜੀ ਤੂੰ ਉਹਦੇ ਗੋਲੀ ਮਾਰ ਕੇ ਬਦਲਾ ਲੈਣਾ ਠੀਕ ਹੈ ਦੂਜੀ ਗੱਲ ਤੈਨੂੰ ਇਹ ਦੱਸ ਦਈਏ ਵੀ ਤੂੰ ਉਹਦੇ ਗੋਲੀ ਮਾਰ ਕੇ ਬਦਲਾ ਲੈ ਲਈ ਆ ਮੁੜ ਕੇ ਤੇਰਾ ਬਦਲਾ ਕੌਣ ਲਊਗਾ ਦਸ ਘੰਟੇ ਦਿੱਤੇ ਤੁਹਾਨੂੰ ਇੱਥੇ ਖੜਾ ਹੈ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਕੋਲੇ ਆ ਜਾਓ ਜਿਹਦੇ 'ਚ ਦਮ ਪੈਂਦਾ ਅਤੇ ਆ ਜਮਾਂ ਖੁੱਲ੍ਹਾ ਮੈਦਾਨ ਪਿਆ ਉਹ ਸਾਹਮਣੇ ਜਮਾਂ ਆ ਜਾਓ ਦੇਖ ਲੈਂਦੇ ਹਾਂ ਹੁਣ 10 ਘੰਟੇ ਲਗਾਤਾਰ ਲਾਈਵ ਤਾਂ ਨਹੀਂ ਰਿਹਾ ਜਾ ਸਕਦਾ ਠੀਕ ਹੈ ਪਰ ਤੁਹਾਨੂੰ ਲਾਈਵ ਕਰਕੇ ਇਹ ਗੱਲ ਦੱਸਤੀ ਹੈ ਅਤੇ ਬੇਨਤੀ ਉਹਨਾਂ ਬੰਦਿਆਂ ਨੂੰ ਹੈ ਜਿਹੜੇ ਬੰਦੇ ਕੋਈ ਵੇਖਦੇ ਹੈ ਜਾਂ ਸੁਣਦੇ ਹੈ ਵੀ ਇਹਨੂੰ ਘੰਟੇ ਦੇ ਵਿੱਚ ਵਿੱਚ ਨਾ ਜੇ ਹੋ ਸਕਦਾ ਇਹਨੂੰ ਇੰਨਾ ਕੁ ਇਹਨਾਂ ਤੱਕ ਪਹੁੰਚਾਓ ਕਤੀੜਾਂ ਤੱਕ ਇਹਨਾਂ ਦੇ ਨਾ ਵਹਿਮ ਕੱਢਣੇ ਆ ਸਾਲਿਆਂ ਦੇ ਹੁਣ ਕਿਉਂਕਿ ਇਹ ਗੱਲਾਂ ਬਾਤਾਂ ਨਾਲ ਲੋਟ ਆਉਣ ਵਾਲੀ ਸਲੀ ਨਾ ਇਹ ਹੈ ਨਹੀਂ ਗੇ ਬੰਦੇ ਇਹ ਭਾਲਦੇ ਆ ਛਿੱਤਰ ਜਿੰਨਾ ਚਿਰ ਇਹਨਾਂ ਦੇ ਮੋਹਰਾਂ 'ਚ ਨਹੀਂ ਨਾ ਵੱਜਦੀਆਂ ਉਨਾ ਚਿਰ ਇਹਨਾਂ ਨੇ ਟਿਕਣਾ ਨਹੀਂ ਅਤੇ ਆ ਜਾਓ ਇੱਥੇ ਫਿਰ ਖੁੱਲ੍ਹਾ ਹੀ ਹੈ ਚੈਲੰਜ ਤੁਹਾਨੂੰ ਸਿੱਧਾ ਹੀ ਜੇ 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 ਇੱਥੇ ਆਏ ਬਿਨਾਂ ਦੁਬਾਰੇ ਬਕਵਾਸ ਕੀਤੀ ਤਾਂ ਸਮਝ ਲਿਓ ਤੁਸੀਂ ਆਪਦੇ ਆਪਦੇ ਪਿਓ ਦੇ ਨਹੀਂ ਫਿਰ ਫਿਰ ਤੁਹਾਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਤੁਸੀਂ ਆਪਦੇ ਪਿਓ ਦੇ ਹੈਗੇ ਕਿ ਹੈ ਨਹੀਂ ਜੇ ਇੱਥੇ ਆਏ ਬਿਨਾਂ ਅੱਜ ਠੀਕ ਹੈ ਸਾਡੇ ਨਾਲ ਨਿਬੜੇ ਬਿਨਾਂ ਜੇ ਤੁਸੀਂ ਦੁਬਾਰੇ ਲਾਈਵ ਹੁੰਦੇ ਹਾਂ ਇਹਦਾ ਮਤਲਬ ਜਾਂ ਦੁਬਾਰੇ ਤੁਸੀਂ ਬਕਵਾਸ ਕਰਦੇ ਹਾਂ ਫਿਰ ਤੁਸੀਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਰਹਿ ਜਾਣਾ ਵੀ ਤੁਸੀਂ ਆਪਦੇ ਪਿਓ ਦੇ ਨਹੀਂ ਫਿਰ ਜੇ ਤੁਹਾਨੂੰ ਨਹੀਂ ਸ਼ੱਕ ਫਿਰ ਆ ਜਾਓ ਇੱਥੇ ਹੁਣ ਆਹ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਕੋਲ ਖੜਾ ਹੈ 10 ਘੰਟੇ ਇੱਥੇ ਹਾਂ ਮੈਂ ਸਾਲਾ ਦੁੱਕੀ ਤਿੱਕੀ ਉੱਠਦੀ ਆ ਉੱਠ ਕੇ ਜਦੋਂ ਕਦੇ ਸੋਸ਼ਲ ਮੀਡੀਆ ਖੋਲੀਦਾ ਮੂਹਰੇ ਇਹਨਾਂ ਦੀ ਬਕਵਾਸ ਅਤੇ ਉਹੋ ਜਿਹੇ ਬੰਦੇ ਉਹ ਜਿਹੜੇ ਮੈਂ ਪਹਿਲਾਂ ਵੀ ਕਿਹਾ ਸਾਲੇ ਪਸਾ ਕੇ ਪੱਗਾਂ 'ਚ ਸਿਰ 'ਤੇ ਜਾ ਕੇ ਮੂਹਰੇ ਮੈਕ ਲੈ ਕੇ ਖੜ ਜਾਂਦੇ ਹੋ ਸਾਲਿਓ ਜਦੋਂ ਇਹ ਸੰਤਾਂ ਬਾਰੇ ਕੁਛ ਬੋਲਦੇ ਆ ਜਾਂ ਤਾਂ ਪੱਗਾਂ ਲਾ ਕੇ ਇਹਨਾਂ ਦੇ ਪੈਰਾਂ 'ਚ ਰੱਖ ਦਿਆ ਕਰੋ ਫਿਰ ਕਾਹਤੋਂ ਸਜਾਈਆਂ ਸਿਰਾਂ 'ਤੇ ਇਹ ਜਾਂ ਤਾਂ ਇਹਨਾਂ ਦੇ ਮੂਹਰੇ ਕੋਡੇ ਹੋ ਜਾਇਆ ਕਰੋ ਗੋਡੇ ਟੇਕ ਦਿਆ ਕਰੋ ਇਹਨਾਂ ਆ ਜਿਹੜੇ ਆ ਗੰਜਿਆ ਫੰਜਿਆਂ 'ਚ ਅੱਗੇ ਨੇ ਉਦੋਂ ਕੋਡੇ ਹੋ ਜਾਇਆ ਕਰੋ ਮੈਕ ਰੱਖ ਕੇ ਪਾਸੇ ਅਤੇ ਮੂਹਰੇ ਕੋਡੇ ਹੋ ਜਾਇਆ ਕਰੋ ਇਹਨਾਂ ਦੇ ਔਕਾਤ ਤੁਹਾਡੀ ਇਹੀ ਆ ਸਾਡੇ ਸਾਹਮਣੇ ਕਹਿ ਗਏ ਵੇਖਣ ਖਾ ਸੰਤਾਂ ਨੂੰ ਕੁਝ ਜਿਹਨੇ ਦੀ ਧੌਣ ਨਾ ਪੱਟ ਦੇ ਤੁਸੀਂ ਜਾ ਕੇ ਸਾਲੇ ਲੈ ਕੇ ਮੈਕ ਖੜਦੇ ਇਹਨਾਂ ਮੂਹਰੇ ਤੁਸੀਂ ਗਾਲਾਂ ਕਢਾਉਣੇ ਆ ਦਾੜੇ ਤੁਹਾਡੇ ਏਡੇ ਏਡੇ ਆਏ ਰੱਖੇ ਹੋਏ ਆ ਪੱਗਾਂ ਤੁਹਾਡੇ ਸਿਰਾਂ 'ਤੇ ਸਜਾਈਆਂ ਹੋਈਆਂ ਫਿਰ ਪੱਗਾਂ ਲਾ ਕੇ ਨਾ ਪਾਸੇ ਰੱਖ ਦਿਆ ਕਰੋ ਅਤੇ ਕੋਡੇ ਹੋ ਜਾਇਆ ਕਰੋ ਇਹਨਾਂ ਮੂਹਰੇ ਤੁਸੀਂ ਕੋਲੇ ਖੜ ਖੜ ਕੇ ਸਾਲੋ ਜਾਣ ਜਾਣ ਕੇ ਗਾਲਾਂ ਕਢਾਉਂਦੇ ਹੋ ਤੁਹਾਡੇ ਨਾਲੋਂ ਤਾਂ ਇੱਕ ਹਿੰਦੂ ਵੀਰ ਹੈ ਉਹਨੇ ਦਿੱਤੇ ਸੀਗੇ ਜਵਾਬ ਉਹ ਪੱਤਰਕਾਰ ਨੇ ਉਹਨੇ ਠੋਕ ਠੋਕ ਕੇ ਜਵਾਬ ਦਿੱਤੇ ਸੀ ਆ ਤੁਹਾਡੇ ਨਾਲੋਂ ਤਾਂ ਉਹ ਹਿੰਦੂ ਵੀਰ ਹੀ ਚੰਗਾ ਸੀਗਾ ਤੁਹਾਨੂੰ ਤਾਂ ਜਮਾਂ ਸ਼ਰਮ ਹੀ ਲੈ ਗਈ ਤੁਹਾਨੂੰ ਇਕੱਲੇ ਬਸ ਹੁਣ ਤੁਹਾਨੂੰ ਕੀ ਆਖਾਂ ਵੀ ਤੁਹਾਨੂੰ ਕਿਹੜੇ ਕਿਹੜੇ ਤਰੀਕੇ ਨਾਲ ਤੁਹਾਨੂੰ ਵਿਊ ਚਾਹੀਦੇ ਆ ਸਾਡੇ ਵਰਗੀਆਂ ਸਾਡੇ ਕੌਮ ਵਰਗੀਆਂ ਸ਼ਕਲਾਂ ਬਣਾ ਕੇ ਗੁਰੂ ਸਾਹਿਬ ਦੇ ਜਿਹੜੇ ਦੋਖੀ ਬੰਦੇ ਆ ਜਿਹੜੇ
ਪੱਗਾਂ ਵੀ ਬੰਨਦੇ ਆ, ਦਾੜੇ ਵੀ ਰੱਖਦੇ ਆ, ਉਦੋਂ ਬਾਅਦ ਵੀ ਜਾ ਕੇ ਇਹਨਾਂ ਦੇ ਮੂੰਹੋਂ ਜਾ ਕੇ ਇਹਨਾਂ ਦੀ ਬਕਵਾਸ ਸੁਣਦੇ ਆ। ਲਾਹਣਤ ਆ ਯਾਰ, ਜੇ ਤੁਹਾਡੀ ਕੋਈ ਸਕੀ ਮਾਂ ਭੈਣ ਬਾਰੇ ਐਂ ਗਾਲਾਂ ਕੱਢੇ ਤੁਹਾਡੇ ਸਾਹਮਣੇ ਜਿਵੇਂ ਉਹ ਸੰਤਾਂ ਨੂੰ ਗਾਲਾਂ ਕੱਢਦੇ ਆ, ਤੁਸੀਂ ਲੈ ਲਓਗੇ? ਨਹੀਂ ਨਾ ਲੈਂਦੇ। ਇਹਦਾ ਮਤਲਬ ਇਹੀ ਹੈ ਵੀ ਉਹ ਗਾਲਾਂ ਤੁਹਾਨੂੰ ਕਿਤੇ ਲੱਗਦੀਆਂ ਨਹੀਂ ਆ। ਜੇ ਤੁਹਾਨੂੰ ਸਿੱਧੇ ਤੌਰ 'ਤੇ ਕੋਈ ਬੰਦਾ ਗਾਲ ਕੱਢੇ ਮਾਂ ਭੈਣ ਦੀ, ਤਾਂ ਤੁਸੀਂ ਉੱਥੇ ਤੁਹਾਨੂੰ ਗਰਮੀ ਚੜੂਗੀ। ਪਰ ਜਦੋਂ ਸੰਤਾਂ ਨੂੰ ਗਾਲਾਂ ਕੱਢਦੇ ਆ ਤੁਹਾਡੇ ਸਾਹਮਣੇ, ਤੁਹਾਨੂੰ ਗਰਮੀ ਕਿਉਂ ਨਹੀਂ ਚੜਦੀ? ਕਿਉਂਕਿ ਤੁਹਾਡਾ ਉਨਾ ਹੀ ਹੱਥ ਗਾਲਾਂ ਕਢਾਉਣ ਦੇ ਵਿੱਚ ਹੁੰਦਾ। ਤੁਹਾਨੂੰ ਆਪਦੇ ਜਿਹੜੇ ਵਿਊ ਚਾਹੀਦੇ ਆ, ਤੁਹਾਨੂੰ ਹੋਰ ਜਿਹੜਾ, ਮੈਨੂੰ ਤਾਂ ਲੱਗਦਾ ਪੈਸੇ ਧੇਲੇ ਵੀ ਤੁਹਾਨੂੰ ਦਿੰਦੇ ਹੋਣੇ ਆ ਉਹ, ਵੀ ਆ ਜਾਓ ਅਸੀਂ ਗਾਲਾਂ ਕੱਢਣਗੀਆਂ ਸੰਤਾਂ ਨੂੰ, ਤੇ ਕੋਈ 10-20 ਹਜ਼ਾਰ ਤੁਹਾਡੇ ਜੇਬ 'ਚ ਵੀ ਪਾ ਕੇ ਤੋਰਦੇ ਹੋਣੇ ਆ, ਮੈਨੂੰ ਇਹ ਵੀ ਲੱਗਦਾ। ਕਿੰਨੇ ਦੁਨੀਆਂ 'ਤੇ ਕਾਮਯਾਬ ਬੰਦੇ ਬੈਠੇ ਆ, ਕਿਸੇ ਚੰਗੇ ਬੰਦੇ ਦੀ ਇੰਟਰਵਿਊ ਕਰ ਲਓ, ਕੋਈ ਗਾਂ ਜਿਹੜੀ ਨਿਊ ਜਨਰੇਸ਼ਨ ਦੇ ਕੰਮ ਆਉਣ ਵਾਲੀ ਚੀਜ਼ ਹੋਵੇ ਉਹਦੀ ਇੰਟਰਵਿਊ ਕਰੋ। ਹਾਂ, ਕਿੱਡੇ ਕਿੱਡੇ ਸਾਡੇ ਪਲੇਅਰ ਬੈਠੇ ਆ ਉਹਨਾਂ ਦੀ ਇੰਟਰਵਿਊ ਕਰੋ। ਤੁਹਾਨੂੰ ਸਲਾ ਹੋਰ ਕੋਈ ਕੰਮ ਹੀ ਨਹੀਂ ਰਹਿ ਗਿਆ ਇਹਨਾਂ ਨੂੰ ਵੀ, ਤੇ ਆਹ ਗੰਜਿਆਂ ਫੰਜਾਇਆਂ ਨੂੰ, ਤੇ ਆ ਜਿਹੜਾ ਉਹ ਕਹਿੰਦਾ ਸੀ ਮੈਂ ਚੈੱਕ ਭੇਜਦਾ, ਮੈਂ ਫਲਾਨਾ ਕਰਦਾ, ਕਤੀੜੇ ਆ ਜਾਓ ਇੱਥੇ, ਮੈਂ ਸਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੇ, ਤੇ 10 ਘੰਟੇ ਦਿੱਤੇ ਤੁਹਾਨੂੰ। ਸੋ ਮੈਨੂੰ ਲੱਗਦਾ ਕਾਫੀ ਹੋਊਗਾ ਇਹਨਾਂ ਨਾਲ। ਜੇ ਆਉਣਾ ਹੈ ਤਾਂ ਆ ਜਾਓ, ਮੈਂ ਪੂਰਾ ਦਿਨ ਇੱਥੇ ਹਾਂ, 10 ਘੰਟੇ ਬਹੁਤ ਹੈ। ਲਾਈਵ ਮੈਂ ਬੰਦ ਕਰਨ ਲੱਗਿਆ ਪਰ ਮੈਂ ਇੱਥੇ ਹੀ ਹਾਂ 10 ਘੰਟੇ, ਜਦੋਂ ਮਰਜ਼ੀ ਆ ਜਾਓ, ਜਿੱਥੇ ਮਰਜ਼ੀ ਆ ਜਾਓ। ਜੇ ਹੈਗਾ ਤੁਹਾਡੇ 'ਚ ਕਿਤੇ ਕੁਛ ਨਾ ਕੁਛ ਦਮ, ਤੁਹਾਡੇ 'ਚ ਦੇਖ ਲਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਜਿਉਂਦੇ ਵਸਦੇ ਰਹੋ।